ਉਦੋਂ ਬਾਅਦ ਅਸੀਂ ਵੀ ਚਲੋ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਚ ਰਹਿੰਦੇ ਆ। ਉੱਥੇ ਜਿੰਨੇ ਵੀ ਲੋਕਲ ਬੰਦੇ ਹੁੰਦੇ ਉਹਨਾਂ ਨੂੰ ਮਿਲਦੇ ਆ, ਲੋਕਲ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਵੀ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਸਾਡੀ ਹੁੰਦੀ ਆ। ਤਾਂ ਅਸੀਂ ਇਹੀ ਕੋਸ਼ਿਸ਼ ਕਰਦੇ ਰਹੇ ਕਿ ਸੰਸਕਾਰ ਨਾ ਕੀਤੇ ਜਾਵੇ, ਕਿਉਂਕਿ ਸੰਸਕਾਰ ਜੇ ਨਾ ਹੁੰਦੇ ਤਾਂ ਉਹਦਾ ਇੱਕ ਅੱਡ ਦਬਾਅ ਹੋਣਾ ਸੀ, ਉਹਦਾ ਇੱਕ ਵੱਖਰਾ ਜਿਹੜਾ ਪ੍ਰੈਸ਼ਰ ਆ ਸਰਕਾਰ ਦੇ ਉੱਤੇ ਦਬਾਅ ਜਾਣਾ ਸੀ। ਚਲੋ ਪਰਿਵਾਰ ਦੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਯਾਰ ਮੱਤ ਮਾਰੀ ਜਾਂਦੀ ਹੈ ਜਦੋਂ ਜਿਹਦਾ ਘਰੋਂ ਚਲਿਆ ਜਾਂਦਾ ਕੋਈ ਇਨਸਾਨ। ਅਸੀਂ ਲੋਕਲ ਆਗੂਆਂ ਨਾਲ ਗੱਲ ਕਰਦੇ ਰਹੇ, ਉਹ ਵੀ ਕਹਿੰਦੇ ਰਹੇ ਵੀ ਟਕੈਤ ਸਾਹਿਬ ਨਾਲ ਗੱਲ ਹੋ ਗਈ, ਜਿਵੇਂ ਟਕੈਤ ਸਾਹਿਬ ਕਰਨਗੇ। ਚਲੋ ਉਸ ਦਿਨ ਕੇਸ ਟਕੈਤ ਜੀ ਉੱਥੇ ਆਉਂਦੇ ਆ, ਉਹਨਾਂ ਘਰਾਂ 'ਚ ਜਾਂਦੇ ਆ, ਜਾ ਕੇ ਉਹਨਾਂ ਘਰਾਂ ਦੇ ਵਿੱਚ ਸੰਸਕਾਰ ਹੋ ਜਾਂਦੇ ਆ। ਤਿੰਨਾਂ ਦੇ ਸੰਸਕਾਰ ਕੱਲ੍ਹ ਹੋ ਜਾਂਦੇ ਆ, ਇੱਕ ਦਾ ਅੱਜ ਹੋ ਜਾਂਦਾ। ਦੇਖੋ ਬਹੁਤ ਕਾਹਲੀ ਕੀਤੀ ਗਈ, ਬਹੁਤ ਜਲਦਬਾਜ਼ੀ ਦੇ ਵਿੱਚ ਇਹ ਫੈਸਲਾ ਹੋਇਆ। ਕੋਈ ਫਰਕ ਨਹੀਂ ਸੀ ਪੈਂਦਾ ਜੇ ਦੋ ਦਿਨ ਸੰਸਕਾਰ ਨਾ ਹੁੰਦਾ, ਚਾਰ ਦਿਨ ਨਾ ਹੁੰਦਾ। ਸਰਕਾਰ ਨੇ ਗੋਡਿਆਂ ਭਾਰ ਆਉਣਾ ਸੀ, ਪੂਰੀ ਦੁਨੀਆਂ ਦੇ ਵਿੱਚ ਗੱਲ ਜਿਹੜੀ ਚਲੀ ਗਈ ਸੀ, ਪੂਰੀ ਦੁਨੀਆਂ ਦੇ ਵਿੱਚੋਂ ਇਸ ਗੱਲ ਦਾ ਵਿਰੋਧ ਉੱਠ ਰਿਹਾ ਸੀਗਾ। ਜਿੰਨੀਆਂ ਕੋਈ ਵਿਰੋਧੀ ਧਿਰਾਂ ਨੇ, ਸਿਆਸੀ ਧਿਰਾਂ ਨੇ, ਸਾਰੀਆਂ ਉਹ ਇਸ ਦੇ ਵਿਰੋਧ 'ਤੇ ਆ ਗਈਆਂ ਸੀ। ਬਹੁਤ ਵੱਡਾ ਇੱਕ ਰੋਹ ਬਣ ਗਿਆ ਸੀ ਲੋਕਾਂ ਦੇ ਵਿੱਚ, ਪੰਜਾਬ ਤੋਂ ਵੀ ਬਹੁਤ ਲੋਕ ਚੱਲ ਪਏ ਸੀ, ਹਰਿਆਣੇ ਤੋਂ ਚੱਲ ਪਏ ਸੀ। ਗੁਰਨਾਮ ਸਿੰਘ ਚੜੂਨੀ ਉਸ ਦਿਨ ਸਾਡੇ ਨਾਲ ਇੱਥੋਂ ਚੱਲੇ ਆ, ਜਦੋਂ ਅਸੀਂ ਥੋੜ੍ਹੇ ਅੱਗੇ ਲੰਘੇ ਉਹ ਮਗਰੋਂ ਮੇਠ ਤੋਂ ਫੜੇ ਜਾਂਦੇ ਆ। ਤਾਂ ਰੁਕਿਆ ਜਾ ਸਕਦਾ ਸੀ। ਦੇਖੋ ਅੱਜ ਵੀ ਅਸੀਂ ਟਕੈਤ ਜੀ ਦਾ ਬਿਆਨ ਸੁਣ ਰਹੇ ਹਾਂ, ਉਹ ਕਹਿੰਦੇ ਵੀ ਸਾਨੂੰ ਪੈਸੇ ਨਹੀਂ, ਅਸੀਂ ਲੈਣੇ ਸਰਕਾਰ ਖਾਤੇ ਦੇ ਦਿੱਤੇ, ਅਸੀਂ ਖਾਤਿਆਂ 'ਚ ਵਾਪਸ ਕਰਾ ਦਾਂਗੇ। ਤਾਂ ਟਕੈਤ ਸਾਹਿਬ ਆਪਾਂ ਉਸ ਦਿਨ ਵੀ ਇਹ ਗੱਲ ਕਰ ਸਕਦੇ ਸੀ ਕਿ ਅਸੀਂ ਪੈਸੇ ਨਹੀਂ ਲੈਣੇ, ਅਸੀਂ ਬੰਦੇ ਦੀ ਗ੍ਰਿਫਤਾਰੀ ਮੰਗਦੇ ਹਾਂ ਅਸੀਂ। ਇਹ ਤਾਂ ਟਕੈਤ ਸਾਹਿਬ ਉਹਦੇ ਵੀ ਸਾਡੀ ਮੰਗ ਇਹ ਹੋਣੀ ਸੀਗੀ ਕਿ ਸਾਡੀ ਪਹਿਲੀ ਮੰਗ ਮਿਸ਼ਰੇ ਦਾ ਮੁੰਡਾ ਗ੍ਰਿਫਤਾਰ ਕਰੋ, ਦੂਜੀ ਮੰਗ ਮਿਸ਼ਰਾ ਬਰਖਾਸਤ ਕਰੋ, ਫਿਰ ਜਾ ਕੇ ਸੰਸਕਾਰ ਕਰਾਂਗੇ। ਇਹ ਵੀ ਹੋ ਸਕਦਾ ਸੀ। ਚਲੋ ਉੱਥੇ ਲੋਕਲ ਆਗੂ ਜਿਹੜੀ ਗੱਲਬਾਤ ਦੇ ਉੱਤੇ ਉਹਨਾਂ ਨੇ ਜੋ ਟਕੈਤ ਜੀ ਨੇ ਕਿਹਾ ਉਹਨਾਂ ਨੂੰ, ਉਹਨਾਂ ਨੇ ਉਸ ਹਿਸਾਬ ਦੇ ਨਾਲ ਉਹਨਾਂ ਦਾ ਸੰਸਕਾਰ ਕਰਤਾ। ਅਸੀਂ ਤੁਹਾਡੀ ਨੀਤ ਦੇ ਉੱਤੇ ਨਹੀਂ ਸ਼ੱਕ ਕਰਦੇ ਟਕੈਤ ਸਾਹਿਬ, ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਰਕਾਰ ਕੋਲ ਵਿਕ ਗਏ ਜਾਂ ਝੁਕ ਗਏ, ਉਹ ਨਹੀਂ ਅਸੀਂ ਗੱਲ ਕਹਿੰਦੇ। ਪਰ ਇੰਨਾ ਜ਼ਰੂਰ ਕਹਿੰਦੇ ਹਾਂ ਕਿ ਇਹ ਜਿਹੜਾ ਤੁਹਾਨੂੰ ਇਹ ਜਵਾਬ ਜ਼ਰੂਰ ਦੇਣਾ ਬਣਦਾ ਕਿ ਜਿਹੜਾ ਫੈਸਲਾ ਹੈ, ਇਹ ਫੈਸਲਾ ਜਲਦਬਾਜ਼ੀ 'ਚ ਇੰਨੀ ਕਾਹਲ 'ਚ ਕਿਉਂ ਲਿਆ ਗਿਆ, ਐਡਾ ਕੀ ਆਪਣੇ ਉੱਤੇ ਆਫਤਾ ਪਈ ਸੀਗੀ। ਦੂਜੇ ਦਿਨ ਵੀ ਜਦੋਂ ਕਿ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਇਸ ਗੱਲ 'ਤੇ ਜ਼ੋਰ ਪਾਤਾ ਸੀਗਾ, ਉੱਥੇ ਬੰਦਿਆਂ ਨੇ ਤੁਹਾਡੇ ਕੋਲ ਵੀ ਗੱਲ ਰੱਖੀ ਹੋਣੀ ਆ ਕਿ ਆਪਾਂ ਨਾ ਸੰਸਕਾਰ ਕਰੀਏ, ਫਿਰ ਆਪਾਂ ਨੂੰ ਐਡੀ ਕਿਹੜੀ ਆਫਤ ਆ ਗਈ ਸੀ ਕਿ ਆਪਾਂ ਸੰਸਕਾਰ ਕਰਨ ਲਈ ਦੂਜੇ ਦਿਨ ਵੀ ਕਾਹਲੇ ਹੋਏ। ਦੂਜੇ ਦਿਨ ਵੀ ਤੁਸੀਂ ਆ ਕੇ ਤਿੰਨਾਂ ਥਾਵਾਂ ਦੇ ਉੱਤੇ ਸੰਸਕਾਰ ਕਰਾਏ ਆ ਉਹਨਾਂ ਨਾਲ ਗੱਲਬਾਤ ਕਰਕੇ, ਐਡੀ ਕਾਹਲ ਕਿਉਂ ਪਈ? ਇਹਦਾ ਜਵਾਬ ਮੈਂ ਨਹੀਂ, ਜਿੰਨੇ ਇੱਥੇ ਅਸੀਂ ਮਿਲੇ ਹਾਂ ਲੋਕਾਂ ਨੂੰ, ਜਿੰਨੇ ਲੋਕਾਂ ਨਾਲ ਸਾਡੀ ਗੱਲਬਾਤ ਹੋਈ ਆ, ਉਹ ਹਰ ਇਨਸਾਨ ਦਾ ਸਵਾਲ, ਉਹ ਹਰ ਇਨਸਾਨ ਇਹ ਜਵਾਬ ਚਾਹੁੰਦਾ। ਇਹ ਤੁਹਾਨੂੰ ਦੇਣਾ ਬਣਦਾ ਕਿ ਇਹ ਐਡੀ ਕਾਹਲੀ ਕਿਉਂ ਦਿਖਾਈ ਗਈ, ਕਾਰਨ ਕੀ ਸੀ? ਦੂਜੀ ਗੱਲ, ਸੰਯੁਕਤ ਮੋਰਚੇ ਦੇ ਜਿਹੜੇ ਸਾਡੇ ਆਗੂ ਸਾਹਿਬਾਨ, ਉਹਨਾਂ ਤੇ ਗਿਲਾ, ਉਹਨਾਂ ਦੀ ਗਿਲਾ ਇਹ ਹੈ ਕਿ ਐਡੀ ਵੱਡੀ ਘਟਨਾ ਵਾਪਰਦੇ ਆ, ਬਹੁਤ ਵੱਡੀ ਘਟਨਾ, ਜਾਨਾਂ ਸੰਘਰਸ਼ 'ਚ ਗਈਆਂ ਨੇ, ਚਾਹੇ ਉਹ ਯੂਪੀ ਦੀਆਂ ਜਾਣ, ਚਾਹੇ ਉਹ ਪੰਜਾਬ ਦੀਆਂ ਜਾਨਾਂ ਜਾਣ, ਚਾਹੇ ਹਰਿਆਣੇ ਦੀਆਂ, ਚਾਹੇ ਕਿਤੋਂ ਦੀਆਂ ਵੀ ਜਾਣ, ਜਾਨਾਂ ਸੰਘਰਸ਼ 'ਚ ਗਈਆਂ ਨੇ। ਇਹ ਨਹੀਂ ਹੁੰਦਾ ਕਿ ਯੂਪੀ ਦਾ ਮਸਲਾ ਅੱਡਾ, ਹਰਿਆਣੇ ਦਾ ਅੱਡਾ ਤੇ ਪੰਜਾਬ ਦਾ ਅੱਡਾ, ਐ ਨਹੀਂ ਹੈਗਾ। ਪਰ ਕੋਈ ਠੋਸ ਬਿਆਨ, ਕੋਈ ਪ੍ਰੈਸ ਕਾਨਫਰੰਸ, ਕੋਈ ਸਰਕਾਰ ਨੂੰ ਚੇਤਾਵਨੀ, ਕੱਖ ਨਹੀਂ ਹੈ। ਕਰੋ ਮਹਾਂਪੰਚਾਇਤਾਂ, ਅਸੀਂ ਮਹਾਂਪੰਚਾਇਤਾਂ ਨੂੰ ਨਹੀਂ ਕਹਿੰਦੇ ਕਰਨੀਆਂ ਚਾਹੀਦੀਆਂ, ਕਰੋ, ਲੋਕਾਂ ਨੂੰ ਲਾਮਬੰਦ ਕਰਨਾ, ਜਾਗਰੂਕ ਕਰਨਾ, ਕਰੋ। ਪਰ ਅੱਜ ਸਰਸੇ ਦੇ ਵਿੱਚ ਮਹਾਂਪੰਚਾਇਤ ਸੀ ਤੇ ਦੂਜੇ ਪਾਸੇ ਉਸ ਨੌਜਵਾਨ ਦਾ ਸੰਸਕਾਰ ਹੋ ਰਿਹਾ ਸੀ, ਦੁਬਾਰੇ ਵੀ ਪੋਸਟਮਾਰਟਮ ਦੇ ਵਿੱਚ ਵੀ ਕੁਛ ਨਹੀਂ ਆਇਆ, ਕੁਛ ਨਹੀਂ ਨਿਕਲਿਆ, ਦੁਬਾਰੇ ਵੀ ਉਹਨਾਂ ਨੇ ਮਿੱਟੀ ਪਾ ਦਿੱਤੀ ਹੈ। ਪੈਣੀ ਹੈ ਜਿੰਨਾ ਚਿਰ ਉਹ ਬੰਦਾ
सेंटर च वजीर है उसकी पहुंच है उसकी पकड़ है उसके कोल ताकत है पुलिस भी उसको दबदी है डॉक्टर भी दबदे ने सब कुछ दबदा अगले ने हाथ च पावर तो आपां नूं भी दिखदा फिर पोस्टमार्टम रिपोर्टां ही आउंदियां होंदियां आई उन्होंने चलाकी 302 304 ए लाती एक्सीडेंट की होंगे 304 ए कल इनकुआरी च कह देंगे 302 खत्म करती इनकुआरी च कह देंगे एक्सीडेंट केस एक्सीडेंट कहे केस ड्राइवर से पा दिता जाऊगा ज हो सकता क्रॉस मुकदमा उन्हों परिवार जिन्होंने परिवार के इंसान गए ने उन्होंने परिवार के बंद क्रॉस मुकदमा पा दिता जाए या उच्च होर मुकदमा पा के राजीनामे दबाव बनाया जाए ये चाल उन्होंने हथकंडे ने उन्होंने दिखाने रंग शुरू करते है बहुत वड्डी घटना छोटी घटना दिल बलूंदरिया गया बहुत दुख हुंदा कि अपने आप नूं भी कदे ऐ महसूस होण लगदा घरना जी होण लगदी है कि यार साल तो उत्ते हो गया लोगों नूं कहिंदे फिरदे चलो अंदोलन च संघर्ष मजबूत करना पर जो संघर्ष के जाना चलिया जाने तो असं की करते असं की कर सके ये हर उस बंदे लई सवाल है जिहड़ा बंदा इस अंदोलन नाल जुड़िया होया तीजा मेरा सवाल है।